ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਸਿੱਖ ਵਰਲਡ ਤੇ ਅੱਜ ਤਰੀਕ 30 ਅਪ੍ਰੈਲ 2022 ਤੇ ਦਿਨ ਸ਼ਨੀਵਾਰ ਅਸੀਂ ਤੁਹਾਨੂੰ ਦਿਨੇ ਹਰ ਰੋਜ਼ ਸਟੱਡੀ ਕਰਨ ਦਾ ਟਾਰਗੇਟ ਜਿਸ ਨੂੰ ਪੂਰਾ ਕਰਕੇ ਤੁਸੀਂ ਆਪਣਾ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਅਤੇ ਹਰ ਇੱਕ ਸ਼ਨੀਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਤੁਹਾਨੂੰ ਦੇਵਾਂਗੇ ਪੂਰੇ ਹਫ਼ਤੇ ਦਾ ਸਿਲੇਬਸ ਰਿਵਾਈਜ਼ ਕਰਨ ਦੇ ਲਈ ਤੁਸੀਂ ਮੈਥ ਦੇ ਜਿੰਨੇ ਵੀ ਚੈਪਟਰ ਕੀਤੇ ਨੇ ਰੀਜ਼ਨਿੰਗ ਦੇ ਇੰਗਲਿਸ਼ ਦੀ ਜਿਹੜੀ ਬੁੱਕ ਤੁਸੀਂ ਪੜ੍ਹੀ ਹੈ ਪੰਜਾਬੀ ਦੀ ਜਿਹੜੀ ਬੁੱਕ ਪੜ੍ਹੀ ਐ ਜੀਓਗ੍ਰਾਫੀ ਦੀ 11ਵੀਂ ਦੀ ਬੁੱਕ ਦੇ ਜਿਹੜੇ ਤੁਸੀਂ ਪੰਜ ਲੈਸਨ ਕੀਤੇ ਨੇ ਹਿਸਟਰੀ ਦੇ ਅਤੇ ਬੇਸਿਕਸ ਆਫ ਇਕਨੋਮਿਕਸ ਵੈਸੇ ਤਾਂ ਤੁਸੀਂ ਕੱਲ ਪੂਰਾ ਹੀ ਕਰ ਲਿਆ ਹੁਣ ਪਰ ਜੋ ਬਚ ਗਿਆ ਉਹਨੂੰ ਵੀ ਅੱਜ ਇੱਕ ਵਾਰੀ ਕਰ ਲਿਓ ਅੱਜ ਦਾ ਤੇ ਕੱਲ ਦਾ ਦਿਨ ਤੁਹਾਡੇ ਕੋਲੇ ਨੇ ਕੱਲ ਸ਼ਾਮ ਨੂੰ ਅਸੀਂ ਤੁਹਾਡਾ ਇੱਕ ਟੈਸਟ ਕੰਡਕਟ ਕਰਵਾਵਾਂਗੇ ਤੇ ਉਹ ਟੈਸਟ ਕਿਵੇਂ ਆਨਲਾਈਨ ਕਰਵਾਉਣਾ ਜਾਂ ਟੈਲੀਗ੍ਰਾਮ ਤੇ ਕਰਵਾਉਣਾ ਉਹ ਸਹੀ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਦੱਸ ਦਾਂਗੇ ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਹੈ ਉਹ ਕਮੈਂਟ ਬਾਕਸ ਦੇ ਵਿੱਚ ਪਿੰਨ ਕਰਵਾ ਦਾਂਗੇ ਜੀ ਤੇ ਤਕਰੀਬਨ ਅਸੀਂ ਆਪਣਾ ਸਾਰਾ ਸਿਲੇਬਸ ਤਾਂ ਪੂਰਾ ਕਰ ਹੀ ਚੁੱਕੇ ਹਾਂ ਜਿਹੜਾ ਵੀ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਸਿਲੇਬਸ ਸੀ ਉਹ ਸੀ ਪੂਰਾ ਕਰ ਲਿਆ ਉਸ ਤੋਂ ਬਿਨ ਅਸੀਂ ਹੁਣ ਸੋਮਵਾਰ ਤੋਂ ਇਹ ਸਿਲੇਬਸ ਨੂੰ ਰਿਵਾਈਜ਼ ਵੀ ਕਰਾਂਗੇ ਤੇ ਕੁਝ ਜਿਹੜੇ ਹੋਰ ਬਾਹਰ ਤੋਂ ਸਿਲੇਬਸ ਮਤਲਬ ਹੋਰ ਬੋਰਡਾਂ ਦੇ ਜਿਹੜੇ ਅਲੱਗ-ਅਲੱਗ ਸਿਲੇਬਸ ਨੇ ਪੀਟ੍ਰੀਪਲੱਸਬੀ ਦਾ ਜਿਹੜਾ ਕੁਝ ਡਿਫਰੈਂਸ ਹੋਗਾ ਉਹਨੂੰ ਵੀ ਅਸੀਂ ਨਾਲ ਇਹਦੇ ਐਡੀਸ਼ਨਲੀ ਵਿੱਚ ਕਵਰ ਕਰਦੇ ਚੱਲਾਂਗੇ ਤੇ ਕੱਲ ਮਤਲਬ ਸੋਮਵਾਰ ਤੋਂ ਅਸੀਂ ਇਹਨੂੰ ਸਾਰਿਆਂ ਨੂੰ ਦੁਬਾਰਾ ਤੋਂ ਰਿਵਾਈਜ਼ ਕਰਨਾ ਸ਼ੁਰੂ ਕਰਾਂਗੇ ਅਤੇ ਠੀਕ ਹੈ ਜੀ ਸਾਰੇ ਰਿਵਾਈਜ਼ ਕਰ ਲਿਓ ਕੱਲ ਟੈਸਟ ਦੇ ਟਾਈਮ ਮਿਲਦੇ ਆ ਤੁਹਾਨੂੰ ਕੱਲ ਟੈਸਟ ਦੀ ਟਾਈਮਿੰਗ ਆ ਜਿਹੜੀ ਅਸੀਂ ਚੈਨਲ ਦੇ ਟੈਲੀਗ੍ਰam ਚੈਨਲ ਦੇ ਵਿੱਚ ਦੱਸ ਦਾਂਗੇ ਤੇ ਰਿਵਾਈਜ਼ ਕਰਕੇ ਚੰਗੀ ਤਰ੍ਹਾਂ ਪ੍ਰੀਪੇਅਰ ਹੋ ਕੇ ਫਿਰ ਤੁਸੀਂ ਉਹ ਟੈਸਟ ਸਾਰਿਆਂ ਨੇ ਦੇਣਾ ਹੈ ਠੀਕ ਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਜੀ